ਆਹ ਦੋ ਪਾਰਟ ਆ, ਠੀਕ ਆ। ਮੇਕ ਸ਼ੋਰ ਕੀ ਕਰਨਾ ਕਿ ਜਿਹੜੀ ਪਿੱਛੋਂ ਵੈਨ ਦੇ ਵਿੱਚੋਂ ਤਾਰ ਆਉਂਦੀ ਨਾ, ਇਹਦੇ ਵਿੱਚ ਦੇਖੀ ਜਿਹੜੀ ਵੈਨ ਦੇ ਵਿੱਚੋਂ ਤਾਰ ਆਉਂਦੀ ਆ, ਆਹ ਹੋਲ ਦੇ ਵਿੱਚ ਦੀ ਇੱਦਾਂ ਕੱਢ ਲੈਣੀ, ਕੱਢ ਕੇ ਇੱਥੋਂ ਆਉਣੀ ਚਾਹੀਦੀ ਆ। ਆਹ ਚੀਜ਼ ਮੇਕ ਸ਼ੋਰ ਕਰਨੀ ਕਿ ਤਾਰ ਇੱਧਰ ਹੋਵੇ। ਆਹ ਪਿੱਛੇ ਵੈਨ ਦੇ ਨਾਲ ਲੱਗ ਗਈ, ਆਹ ਬਾਹਰ ਨਿਕਲ ਆਈ। ਉਸ ਤੋਂ ਬਾਅਦ 'ਚ ਇਹਦੇ ਜਿਹੜੇ ਜਿਹੜੀਆਂ ਤਾਰਾਂ ਜਿੱਥੇ ਪਹਿਲਾਂ ਲੱਗੀਆਂ ਉਹਦੇ ਨਾਲ ਦੇਖ ਲੈਣੀਆਂ, ਕਲਰ ਵਾਈਜ਼ ਕਿ ਖੱਬੀ ਸੱਜੀ ਜਿਹੜੀ ਵੀ ਹੈਗੀ ਆ। ਆਹ ਜਿਹੜਾ ਪਲੱਗ ਗਿਆ ਇਹਨੂੰ ਫਿਰ ਨਾਲ ਅਟੈਚ ਕਰ ਲੈਣਾ। ਆਹ ਸਕਰੂ ਲੱਗੇ ਆ ਪਿੱਛੇ, ਆਹ ਸਾਰੇ ਸਕਰੂ ਖੋਲ੍ਹ ਕੇ ਇਹਨਾਂ 'ਚ ਤਾਰਾਂ ਉੱਪਰ ਦੀ ਤਾਰ ਪਾ ਕੇ ਸਕਰੂ ਟਾਈਟ ਕਰ ਲੈਣਾ, ਸਾਰੀਆਂ ਤਿੰਨੇ ਤਾਰਾਂ। ਪਿੱਛੋਂ ਵੈਨ 'ਚ ਆਉਂਦੀਆਂ ਵੀ ਤਿੰਨ ਹੋਣੀਆਂ ਜਿਹੜੀਆਂ, ਆਪ ਮੈਂ ਤੈਨੂੰ ਐਗਜ਼ਾਮਪਲ ਦਿੱਤੀ ਆ, ਐਕਚੁਲੀ ਹੈ ਨਹੀਂ ਹੈ। ਉਹ ਤਿੰਨੇ ਤਾਰਾਂ ਕਰਕੇ ਪੂਰੀ ਟਾਈਮ ਟਾਈਟ ਕਸ ਦੇਣਾ, ਠੀਕ ਆ। ਉਸ ਤੋਂ ਬਾਅਦ 'ਚ ਇਹਨੂੰ ਖਿੱਚ ਕੇ ਇੱਥੇ ਲੈ ਜਾਣਾ। ਹੁਣ ਆਹ ਮੇਨ ਟ੍ਰਿਕੀ ਚੀਜ਼ ਆ, ਇਹਦੇ ਵਿੱਚ ਇੱਕ ਕਾਲਾ ਪਾਰਟ ਆ, ਦਿਖਦਾ ਪੂਰਾ ਆਹ ਕਾਲਾ ਪਾਰਟ ਜਿਹੜਾ ਹੈ ਨਾ, ਇਹ ਮੈਨੂੰ ਦੇਖਣ ਵਾਲੀ ਚੀਜ਼ ਆ ਵੀ ਕਿੱਥੇ ਲੱਗਣਾ ਚਾਹੀਦਾ। ਹੁਣ ਇਹ ਕੀ ਬੇਸਿਕਲੀ ਹੋਣਾ ਕੀ ਆ, ਤੇਰੇ ਇੱਥੇ ਤਾਰਾਂ ਲੱਗੀਆਂ ਹੋਣੀਆਂ ਇੱਦਾਂ ਨਾਲ, ਇੱਦਾਂ ਹੋਣਾ ਇਹਦੇ ਵਿੱਚ, ਇਸ ਟਾਈਮ ਇਸ ਪੋਜੀਸ਼ਨ ਦੇ ਵਿੱਚ ਹੋਣਾ ਜਦੋਂ ਤੂੰ ਦੇਖਣਾ। ਇਹਨੂੰ ਪੁਸ਼ ਕਰਨਾ, ਇਹਦੇ ਵਿੱਚ ਜਿਹੜਾ ਕਾਲਾ ਪਾਰਟ ਆ, ਇੱਕ ਬੰਨੇ ਕਾਲਾ ਆ, ਇੱਕ ਬੰਨੇ ਆ ਵੱਡਾ ਸਾਰਾ ਰਾਊਂਡ ਆ, ਇਧਰਲੀ ਸਾਈਡ 'ਤੇ ਵੱਡਾ ਸਾਰਾ ਰਾਊਂਡ ਆ। ਉਹ ਸਾਰੇ ਦੇ ਸਾਰੇ ਦੇਖਣੇ ਜਿੱਥੇ ਦੋ ਆ ਨਾ, ਇਹਦੇ ਵਿੱਚ ਇੱਥੇ ਲਿਖਿਆ ਆ ਪ੍ਰੈਸ ਟੂ ਓਪਨ, ਪ੍ਰੈਸ ਟੂ ਓਪਨ ਲਿਖਿਆ ਆ ਨਾ, ਇਹਦਾ ਮਤਲਬ ਇੱਥੇ ਬਲੈਕ ਪਾਰਟ ਇੱਥੇ ਆਏਗਾ। ਸੋ ਮੇਕ ਸ਼ੋਰ ਕਿ ਆਹ ਜਿਹੜਾ ਬਲੈਕ ਆ ਉਹਦੇ ਨਾਲ ਮੈਚ ਕਰ ਲੈਣਾ। ਉਸ ਤੋਂ ਬਾਅਦ 'ਚ ਇਹਨੂੰ ਰਿੰਗ ਨੂੰ ਉੱਪਰ ਨੂੰ ਖਿੱਚ ਲੈਣਾ ਆਪਣੇ ਵਾਲੀ ਸਾਈਡ ਨੂੰ। ਸੋ ਇਹਨੂੰ ਬਲੈਕ ਨੂੰ ਇੱਥੇ ਕਰ ਲੈਣਾ, ਸੋਰੀ ਉਹਨੂੰ ਪੁਸ਼ ਕਰਨਾ। ਕਿੰਨੇ ਕੁ ਮਿੰਟ ਦੀ ਬਣ ਗਈ, ਲੰਬੀ ਤਾਂ ਨਹੀਂ? 2 ਮਿੰਟ ਦੀ ਹੋ ਗਈ। ਓਕੇ ਚਲ ਠੀਕ ਹੀ ਆ। ਸੋ ਉਸ ਤੋਂ ਬਾਅਦ 'ਚ ਆਹ ਇੱਥੇ ਚੱਲ ਜਾਣਾ, ਚੰਗੀ ਤਰ੍ਹਾਂ ਕਾਲਾ ਪਾਰਟ ਚੰਗੀ ਤਰ੍ਹਾਂ ਕਲਿੱਕ ਕਰਨਾ। ਇੱਥੇ ਜਦੋਂ ਆ ਗਿਆ ਆ ਤੈਨੂੰ ਕਾਲਾ ਪਾਰਟ ਇੱਥੇ ਦੇਖਣ ਲੱਗ ਪਏਗਾ। ਇਹਨੂੰ ਟਵਿਸਟ ਕਰਨਾ ਐਂਟੀ ਕਲੋਕ ਵਾਈਜ਼, ਸੋਰੀ ਕਲੋਕ ਵਾਈਜ਼, ਠੀਕ ਹੈ। ਉਸ ਤੋਂ ਬਾਅਦ 'ਚ ਬਸ ਇਹ ਜਿੱਦਾਂ ਹੀ ਕਾਲਾ ਪਾਰਟ ਇੱਥੇ ਚਲਾ ਗਿਆ, ਇੱਥੇ ਜਿੱਥੇ ਲਿਖਿਆ ਨਾ ਪ੍ਰੈਸ ਟੂ ਓਪਨ, ਇਸ ਜਗ੍ਹਾ 'ਤੇ ਕਾਲਾ ਪਾਰਟ ਹੋਣਾ ਚਾਹੀਦਾ। ਇਹਨੂੰ ਪੂਰਾ ਟਾਈਟ ਕਰਨਾ, ਮੈਂ ਹੁਣ ਟਾਈਟ ਨਹੀਂ ਕਰ ਰਿਹਾ ਕਿਉਂਕਿ ਖੁੱਲ੍ਹਣਾ ਨਹੀਂ, ਬਸ ਓਨਾ ਹੀ ਚੀਜ਼ ਆ। ਉਸ ਤੋਂ ਬਾਅਦ ਜਦੋਂ ਇਹ ਲੱਗ ਗਿਆ, ਉਸ ਤੋਂ ਬਾਅਦ ਲੱਗੇ ਜਿਹੜੀ ਤੇਰੀ ਦੂਜੀ ਵਾਇਰ ਹੈ ਜਿਹੜੀ ਤੂੰ ਮੇਨ ਪਾਵਰ ਤੋਂ ਲੈ ਕੇ ਆਉਣੀ, ਕਿਉਂਕਿ ਆਹ ਤਾਂ ਆਹ ਸਾਰਾ ਪਾਰਟ ਵੈਨ ਦੇ ਨਾਲ ਫਿਕਸ ਹੋ ਜਾਣਾ, ਆਹ ਸਾਰਾ ਪਾਰਟ ਵੈਨ ਦੇ ਨਾਲ ਫਿਕਸ ਹੋ ਜਾਣਾ, ਠੀਕ ਆ। ਆਹ ਜਿਹੜੀ ਇਹ ਤਾਰ ਆਉਣੀ ਆ ਇਹਨੂੰ ਇੱਦਾਂ ਕਲਿੱਪ ਕਰਨਾ, ਇਹਨੂੰ ਉਹਦੇ ਵਿੱਚ ਲਾ ਕੇ, ਬਸ ਪੂਰਾ ਲਾ ਕੇ ਆਹ ਜਿਹੜੀ ਚੂੜੀ ਇਹਨੂੰ ਚਾੜ ਦੇਣਾ ਇੱਦਾਂ, ਬਸ ਫਿਰ ਇਹ ਫਿਕਸ ਹੋ ਜਾ ਕਰੇਗਾ ਹਮੇਸ਼ਾ ਹੀ। ਰਾਤ ਨੂੰ ਜਦੋਂ ਖੋਲ੍ਹਣਾ ਇਹਨੂੰ ਚੂੜੀ ਨੂੰ, ਇੱਦਾਂ ਐਂਟੀ ਕਲੋਕ ਵਾਈਜ਼ ਕੀਤਾ, ਇਹਨੂੰ ਪੁੱਲ ਕਰ ਲਿਆ, ਬਸ ਇੰਨਾ ਹੀ ਕੰਮ ਹੈ, ਕਰ ਦਿੰਦਾ।